इनको सब तो बड़ी चीज यह है कि इन लोगा ना पहला जंगल खुलावे था चरो खुलो थाए तो और माल भी काफी रखेदा आजकल का एक कारमादास कार बन गया हां वो मुसलमान जगह वही है जगह वही है जगह वही है।, 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 है तो इस वास्ते इन लोगा मम्मी क्यों गयो है कि थोड़ो मेरा हाथ में कमाने दे मैं दसा की जगह माल ले मैं दस जड़ा थावे गया बाहर ਸੀ ਸੀ ਅਸਾ ਮਸਲਾ ਪਹਿਲਾਂ ਜਿਹੜਾ ਬਕਰਵਾਲ ਚਲੇਦਾ ਸੀ ਨਾ ਜਿਹੜੇ ਆਮ ਨਿੱਕਾ ਵਾਂ ਥਾ ਤੇ ਬੰਦੂਕ ਵੈਂਦੀ ਪਿੱਛੇ ਲਾਈ ਬਿਲਕੁਲ ਅੱਜ ਵੀ ਹੈ ਹਾਂ ਰੱਖੀ ਨੀ ਹੈ ਬਿਲਕੁਲ ਬਿਲਕੁਲ ਬਕਰਵਾਲ ਕੇ ਕੋਲ ਬਿਲਕੁਲ ਬਕਰਵਾਲ ਕੋਲ ਵਜ਼ਾਫਤਾ ਲਾਇਸੈਂਸ ਵਾਲੀ ਬੰਦੂਕ ਆਚਾਰਿਕਨ ਹਾਂ ਜੀ ਹਾਂ ਹਰੇਕਨ ਕੋਲ ਹੈ ਹਾਂ ਇਹ ਜਿਹੜਾ ਥਾਰੋ ਕਬੀਲੋ ਜੈ ਲਗੋ ਮਿਸਾਲ ਦੇ ਤੌਰ ਤੇ ਪਰ ਆਮ ਲੋਕ ਇਹ ਜਾਣਨਾ ਚਾਹਵੇਂ ਕਿ ਇਹ ਅੱਗੇ ਪੁੱਛਣ ਲੱਗਾ ਗਿਆ ਰੋਟੀ ਬਣੀ ਹੈ ਉਹ ਤੋਂ ਕਿ ਅੱਗੇ ਇੱਕ ਹੋਰ अग पकावे ना अच्छा। जाके डेरा लाया आ, अच्छा। पहला वकत था डेरा ला था टेंट ला था तो फिर रोटी तैयार करा था आज वो है ही नहीं आज त्रिपाल <laughs> आ गई चल तो मतलब रोटी जा गया जे ठिकाणो ला रोटी बना बना के खे हाँ बिलकुल बना के खा जड़ा नाल वे ਔਰ ਜਿਹੜਾ ਮਾਲ ਕੇ ਨਾਲ ਵੇ ਉਹਨਾਂ ਨੇ ਸੁਭਾਈ ਬਣਾ ਕੇ ਦਿੱਤੀ ਜਿਸ ਤਰ੍ਹਾਂ ਆਮ ਲੋਕ ਤਾਂ ਲੋਕ ਘਰੋਂ ਨਿਕਲੇ ਆਦਾ ਰੋਟੀ ਵਾਰਾ ਮਜਾਗੀ ਲੈ ਲਈ ਨਾਲ ਜੀ ਜੀ ਇਸ ਤਰ੍ਹਾਂ ਲੈ ਗਏ ਰੋਟੀ ਨਾਲ ਜਾ ਕੇ 12 1 ਵਜੇ ਖਾ ਗਿਆ ਦਾ ਮਤਲਬ ਉਹ ਮਾਲ ਨਾਲ ਮੈਨੂੰ ਦੱਸੋ ਬਕਰਵਾਲ ਤੇ ਆਜੜੀਮਾ ਕੀ ਫਰਕ ਹੈ ਮਤਲਬ ਆਜੜੀ ਬਕਰਵਾਲ ਕੋ ਅੱਗੇ ਨੌਕਰ ਹੈ ਨਹੀਂ 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 ਮੇਰਾ ਬੇਟੋ ਮਤਲਬ ਖੁਦ ਮਾਲ ਚਾਰਾ ਹੈ ਆਜੜੀ ਕੋ ਇਹ ਮਕਸਦ ਹੈ ਕਿ ਉਹ ਚਾਰਵਾਲ ਉਹ ਚਾਰਾ ਵਾਲਾ ਸਾਹਮਣਾ ਵਾਲੋ ਢਿਪਟੀ ਇੱਕ ਆਪਣੀ ਢਿਪਟੀ ਹੈ ਉਸकी ਮਾਲ ਨਾਲ उसना आजड़ी किया जाए अच्छा अच्छा या कोई नहीं है कि है मतलब है वो उसना आजड़ी किया जाए या कि ना ना आ या आ या है के जैसे जो टीचर है इसने मास्टर किया जाएगा दूजा को दूजो कम है उसने वो किया जाएगा पुलिस और सपाई है उसने सपाई ऐसा चुना है ऐसा चुना एसओ है वो है लंगी मतलब जडो चार ਮਲਉਂ ਬੱਕਰੀ ਰਖ ਲਿਓ ਇਸੇ ਮੈਂ ਕਿ ਕਿ ਸੋ ਹਾਂਜੀ ਹੂੰ ਦੀਓ ਜੀ ਤਮਣਾ ਕੋ ਕਿ ਸੇ ਆਜੜੀਂਂ ਦਵਾਉ ਤੇ ਯੋ ਮੇਰੇ ਖਲੂ ਕੀ ਲੈ ਗੋ ਨਹੀਂ ਸਵਾ ਹੈ ਕਿ ਇਹ ਚੀਜ਼ੇਂ ਕਿ ਆਜੜੀਂਂ ਜਿਹੜਾ ਲੋਕ ਰੱਖੇਂ ਅੱਛਾ ਆਜੜੀਂਂ ਅਲੱਗ ਹੈ ਕਿ ਕੋਈ ਨੌਕਰ ਰੱਖ ਲਿਓ ਜਿਵੇਂ ਨੌਕਰ ਹੈ ਠੀਕ ਹੈ ਤੋ ਉਹ ਰੱਖ ਲਿਓ ਉਸਕੇ ਨਾਲ ਤਨਖਾ ਹੋ ਜਾਏ ਕਿ ਤੈਨਾ ਸਾਲ ਕੋ ਇਤਨਾ ਸਾਲ ਦੇਾਂਗਾ 2000 ਦੇਾਂਗਾ ਲੱਖ ਦੇਾਂਗਾ ਕੇ ਦੇਾਂਗਾ ਵਾ ਇੱਕ ਤਰੀਕੋ ਹੈ ਇੱਕ ਤਰੀਕੋ ਯੋ ਵੀ ਵੈ ਕੇ ਤੇਰੀ ਐ 100 ਮੇਰੀ 100 ਹਾਂ ਤੋ ਇਕੱਠੀ ਕਰ ਲਈ ਆ ਤਾਂ ਚੱਲ ਗਿਆ ਤਾਂ ਮਤਲਬ ਹੈ ਕਿ ਕਿ ਇਹੀ ਸਾਹਮਣੇ ਉਸ ਦਾ ਮਿੰਨਾ ਉਹ ਮੋੜ ਕੇ ਕੀ ਦੇਗਾ ਫਿਰ ਮਿੰਨਾ ਨਹੀਂ ਹੈ ਨਾ ਮਤਲਬ ਹੈ ਥਰ ਨਾਲ ਕੁਝ ਵੀ ਨਹੀਂ ਮਤਲਬ ਜਿਹੜਾ ਥਰ ਮਾਲ ਹੈ ਸਹੀ ਸਲਾਮਤ ਤੁਮ ਨਾ ਮਿਲੇਗਾ ਤੁਮ ਨੇ ਉਹਨਾਂ ਨਾਲ ਰਖਵਾਲੀ ਦੇਣੀ ਹੈ ਉਹਨਾਂ ਦੀ ਯਾ ਕੇ ਤੇਰੋ ਅਗਰ ਆਪਣੋ ਕੋਈ ਦੇਣਾ ਕਿੰਨਾ ਦੇਣਾ ਹੈ ਨਹੀਂ ਉਹ ਮਤਲਬ ਹੈ ਮੁxtਲਫ ਹੈ ਜੈਸੋ ਕੋਈ ਕਰੇ ਇਸਮਾ ਕੋਈ ਨਹੀਂ ਹੈ ਕੋਈ 10000 ਦੇ ਹੈ ਕੋਈ 20 ਦੇ ਹੈ ਕੋਈ ਲੱਖ ਦੇ ਹੈ ਕੋਈ 50000 ਬੱਕਰੀ ਨੇ ਬੱਕਰੀ ਨੇ ਨਾ ਨਾ ਬੱਕਰੀ ਨਹੀਂ ਦੇਤਾ ਪੈਸਾ ਲੈ ਅੱਧੀ ਗਾ ਅਲਰੇਡੀ ਵੀ ਛਾਣਾ ਹੋ ਗਿਆ ਅੱਛਾ ਪੈਸਾ ਲੈ ਪੈਸਾ ਲੈ ਨਗਦ ਲੈ ਨਗਦ ਨਾ ਨਗਦ ਨਾ ਕਰ ਅੱਛਾ ਮੈਨੂੰ ਦੱਸੋ ਜੀ ਕਿ ਪੇਡ ਬੱਕਰੀ ਮਾਂ ਦੋਆ ਮਾਂ ਤੁਹਾਨੂੰ ਕੀ ਪਸੰਦ ਹੈ ਪੇਡ ਪਸੰਦ ਹੈ ਕਿ ਬੱਕਰੀ ਪਸੰਦ ਆ ਮੇਰੇ ਕਦੇ ਮੇਰੀ ਜ਼ਾਤੀ ਆਪਣੀ ਆਪਣੀ ਰਾਏ ਮੇਰੀ ਤਾਂ ਬੱਕਰੀ ਮੈਨੂੰ ਬਹੁਤ ਪਸੰਦ ਹੈ ਅੱਛਾ ਬੱਕਰੀ ਪਸੰਦ ਹੈ ਮੈਨੂੰ ਬੱਕਰੀ ਪਸੰਦ ਹੈ ਬੱਕਰੀ ਕੀ ਖਸਲਤ ਹੈ ਜੀ बकरी जड़ी कागानी बकरी है जी। उसको भी है। जत भी अच्छी है अच्छा उसको वजन भी ठीक ठाक हुआ है अच्छा और मिलावट साल में कितना है, के दे है। नहीं सूद तो मतलब है हम बखरवाली बकरी जड़ी है साल में दो भी बेसिकली एक कोई हम एक अच्छा एक क्योंकि हमने सफर काफी करना है दो कि जड़ी बकरी तेरे ਅੱਛਾ ਚਾਹੇ ਵੇ ਕਸ਼ਮੀਰ ਰਹੇ ਕਿਤੇ ਰਹੇ ਤੋ ਵੇ ਉਹਨਾਂ ਨਾਲ ਫਰਕ ਨਹੀਂ ਪੈਂਦਾ ਤੋ ਮਾਰੀਆਂ ਵੱਖਰੀਆਂ